ਬੰਗਾ ਰੇਲਵੇ ਰੋਡ 'ਤੇ ਇੱਕ ਲੱਕੜ ਦੇ ਗੋਦਾਮ ਵਿੱਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ, ਲੇਕਿਨ ਸਮੇਂ ਰਹਿੰਦੇ ਹੀ ਪਰਿਵਾਰ ਵਾਲਿਆਂ ਨੇ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਭਿਆਨਕ ਹਾਦਸਾ ਹੋਣ ਤੋਂ ਟਲ ਗਿਆ। ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ 'ਤੇ ਪਹੁੰਚੀ। ਇੱਥੇ ਲੱਕੜ ਦਾ ਕਾਰਖਾਨਾ, ਇੱਥੇ ਲੱਕੜਾਂ ਪਈਆਂ ਅਤੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਸੀਗੀ ਇੱਥੇ, ਅਤੇ ਜ਼ਿਆਦਾ ਕਰੀਬ ਨੁਕਸਾਨ ਨਹੀਂ ਹੋਇਆ ਹੈਗਾ। ਅਤੇ ਗਲੀ ਮਹੱਲੇ ਨੇ ਕੋਈ ਮੌਕੇ 'ਤੇ ਅਸੀਂ ਪਹੁੰਚ ਗਏ ਸੀਗੇ, ਅੱਗ ਨੂੰ ਕਾਬੂ ਪਾ ਲਿਆ, ਅਤੇ ਫਾਇਰ ਬ੍ਰਿਗੇਡ ਵੀ ਆ ਗਈ ਹੈ, ਅਤੇ ਹੁਣ ਕੋਈ ਇੱਦਾਂ ਦੀ ਗੱਲ ਨਹੀਂ ਸੀ। ਅੱਗ ਜ਼ਿਆਦਾ ਲੱਗੀ ਸੀ ਜਾਂ ਕਿੰਨੀ ਕੁ ਸੀਗੀ? ਹਾਂ ਨਹੀਂ, ਥੋੜ੍ਹੀ ਵੀ ਲੱਗੀ ਸੀ ਅੱਗ, ਜ਼ਿਆਦਾ ਨੁਕਸਾਨ ਨਹੀਂ ਹੈ, ਤਾਂ ਥੋੜ੍ਹੇ ਨੁਕਸਾਨ ਹੈ, ਜ਼ਿਆਦਾ ਨੁਕਸਾਨ ਨਹੀਂ ਹੈ, ਕਾਬੂ ਪਾ ਲਿਆ ਮੌਕੇ ਮੁਤਾਬਕ।